लुधियाना में यूथ अकाली दल ने डीजीपी दिनकर गुप्ता के करतारपुर साहिब कॉरिडोर पर उनके बयान के खिलाफ प्रदर्शन किया और उनका पुतला फूंका। यूथ अकाली दल के जिला अध्यक्ष गुरदीप सिंह गोशा ने डीजीपी दिनकर गुप्ता के इस्तीफे की मांग की और कांग्रेस पार्टी से डीजीपी के बयान पर स्टैंड स्पष्ट करने को कहा। नेशनल 18 के लिए लुधियाना से प्रदीप भंडारी की रिपोर्ट। ਇੱਥੇ ਡੀ ਜੀ ਪੀ ਦਿਨਕਰ ਗੁਪਤਾ ਜੀ ਉਹਨਾਂ ਨੇ ਬਿਆਨ ਦਿੱਤਾ ਵੀ ਕਰਤਾਰਪੁਰ ਸਾਹਿਬ 'ਚ ਜਿਹੜੇ ਸਵੇਰੇ ਜਾਣਗੇ ਅਤੇ ਸ਼ਾਮੀ ਅੱਤਵਾਦੀ ਬਣ ਕੇ ਆਉਣਗੇ। ਮੈਂ ਸਮਝਦਾ ਇਸ ਤੋਂ ਹੈਰਾਨੀ ਭਰਿਆ ਬਿਆਨ ਨਹੀਂ ਹੋ ਸਕਦਾ, ਇਹਦੇ ਪਿੱਛੇ ਬੜੀ ਵੱਡੀ ਸਾਜਿਸ਼ ਹੈ। ਫਿਰ ਮੈਂ ਡੀ ਜੀ ਪੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਗਏ ਸੀਗੇ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਸੀਗਾ, ਨਵਜੋਤ ਸਿੱਧੂ ਵੀ ਗਏ ਸੀਗੇ ਜਾਂ ਹੋਰ ਵੀ ਬੰਦੇ ਗਏ ਸੀ ਕਿ ਉਹ ਸ਼ਾਮ ਨੂੰ ਅੱਤਵਾਦੀ ਬਣ ਕੇ ਪਰਤੇ ਸੀਗੇ? ਇਹਦੇ ਪਿੱਛੇ ਕਾਰਨ ਆ, ਮੈਂ ਸਮਝਦਾ ਕਾਂਗਰਸ ਨੇ ਹਮੇਸ਼ਾ ਹੀ ਰਸਤਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਲੱਗਦਾ ਇਸ ਬਿਆਨ ਦੇ ਪਿੱਛੇ ਇੱਕ ਸਾਜਿਸ਼ ਚੱਲ ਰਹੀ ਆ ਜਿਹਨਾਂ ਇਹ ਕਾਂਗਰਸ ਸਰਕਾਰ ਆਪਣੇ ਮਨਸੂਬੇ ਪੂਰਾ ਕਰਨਾ ਚਾਹੁੰਦੀ ਹੈ, ਰਸਤੇ ਬੰਦ ਕਰਾਉਣਾ ਚਾਹੁੰਦੀ ਹੈ ਅਤੇ ਸਿੱਖ ਕੌਮ ਅਤੇ ਪੰਜਾਬੀ ਅਤੇ ਪੰਜਾਬ 'ਚ ਵਸਣ ਵਾਲੇ ਅਤੇ ਦੁਨੀਆ ਦੇ ਵਿੱਚ ਵਸਣ ਵਾਲੇ ਕਦੇ ਵੀ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਜਿਹੜੇ ਉਹਨਾਂ ਨੂੰ ਮੰਨਦੇ ਆ, ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਇੱਕ ਰਸਤਾ ਖੁੱਲ੍ਹਿਆ ਜਿਹੜੀਆਂ ਲੋਕਾਂ ਦੀਆਂ ਲੱਖਾਂ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਅਤੇ ਉਹ ਰਸਤਾ ਬੰਦ ਹੋ ਸਕੇ। ਅਤੇ ਮੈਂ ਸਮਝਦਾ ਜਿਹੜੀ ਇਹਨਾਂ ਦੀ ਮਨਸ਼ਾ ਆ ਕੈਪਟਨ ਅਮਰਿੰਦਰ ਸਿੰਘ ਇਹ ਖੁਦ ਇਹਦੇ ਉੱਤੇ, ਮੈਂ ਸਮਝਿਆ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ ਵੀ ਬੜਾ ਸ਼ਰਮਨਾਕ ਬਿਆਨ ਹੈ, ਅਤੇ ਮੈਂ ਸਮਝਦਾ ਕਿ ਉਹ ਆਪ ਹੀ ਇਹ ਸੱਚ ਕੁਛ ਕਰਾ ਕੇ ਅਤੇ ਲੋਕਾਂ ਨੂੰ ਦੱਸਣਾ ਚਾਹ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਦੇ ਨਾਲ ਨਹੀਂ ਹੈਗਾ ਅਤੇ ਅੱਜ ਉਹਨਾਂ ਦਾ ਜਿਹੜਾ ਸ਼ਰਮਨਾਕ ਬਿਆਨ ਹੈ, ਅੱਜ ਅਸੀਂ ਅਕਾਲੀ ਦਲ ਵੱਲੋਂ ਪੁਤਲਾ ਸਾੜਿਆ। ਅਸੀਂ ਮੈਂ ਕਹਿੰਦਾ ਵੀ ਇਹ ਚੇਤਾਵਨੀ ਹੈ ਸਾਰੀਆਂ ਸਰਕਾਰਾਂ ਨੂੰ, ਜਦੋਂ ਜਦੋਂ ਤੁਸੀਂ ਇਸ ਭਾਵਨਾਵਾਂ ਨੂੰ, ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਂ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਓਗੇ ਤਾਂ ਇਹਦੇ ਜਿਹੜੇ ਨਤੀਜੇ ਬਹੁਤ ਵੱਡੇ ਭੁਗਤਣੇ ਪੈਣਗੇ।